ਯਾਰ ਮਹਿਕਮਾ ਪੁਲਿਸ ਦਾ, ਉਹਦੇ ਅੰਦਰ ਵੀ ਜਦੋਂ ਤੁਸੀਂ ਜਾਂਦੇ ਹੋ ਤਾਂ ਉਹਨਾਂ ਦੀਆਂ ਆਪਣੀਆਂ ਵੀ ਬਹੁਤ ਸਾਰੀਆਂ ਲੋੜਾਂ ਨੇ। ਸੋ ਕਾਫੀ ਔਖੇ ਹਾਲਤਾਂ ਦੇ ਵਿੱਚ ਕੰਮ ਕਰਦੇ, ਤੁਸੀਂ ਦੇਖਿਆ ਆ ਵੀ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਗੈਂਗਸਟਰਾਂ ਦੇ ਖਿਲਾਫ਼ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਆ ਉਹਦੇ ਖਿਲਾਫ਼ ਪੁਲਿਸ ਲਗਾਤਾਰ ਇੱਕ ਹੱਲਾ ਬੋਲ ਰਹੀ ਹੈ, ਹਰ ਰੋਜ਼ ਕਿਤੇ ਨਾ ਕਿਤੇ ਇਸ ਕਿਸਮ ਦੇ ਉਹਨਾਂ ਨੂੰ ਵੀ ਅਟੈਕਾਂ ਦਾ ਸਾਹਮਣਾ ਕਰਨੇ ਪੈਂਦਾ। ਸੋ ਇਹਦੇ ਬਾਵਜੂਦ ਉਹ ਬੜੇ ਚੜ੍ਹਦੀ ਕਲਾ 'ਚ ਕੰਮ ਕਰਦੇ ਆ। ਸੋ ਮੈਂ ਅੱਜ ਡਿਸਟ੍ਰਿਕਟ ਪਠਾਨਕੋਟ ਦੇ ਅੰਦਰ, ਮੈਨੂੰ ਥੋੜ੍ਹੇ ਦਿਨ ਪਹਿਲਾਂ SSP ਆਫਿਸ ਆਉਣ ਦਾ ਮੌਕਾ ਮਿਲਿਆ। ਸੋ ਉਸ ਦਿਨ ਮੈਨੂੰ ਉਹਨਾਂ ਨੇ ਆਪਣਾ ਜਿਹੜਾ ਉਹ ਬਾਰ ਰੂਮ ਹੈ ਸਾਰਾ ਦਿਖਾਇਆ। ਸੋ ਉਹਨੂੰ ਦੇਖਣ ਤੋਂ ਬਾਅਦ ਇਹਨਾਂ ਦੀ ਕੁਝ ਡਿਮਾਂਡ ਸੀਗੀ, ਕੁਝ ਜੋ ਰਿਕੁਆਇਰਮੈਂਟ ਹੋਊਗੀ ਉਹਦੇ ਸਿਲਸਿਲੇ 'ਚ ਇਹਨਾਂ ਨੂੰ ਕੁਝ ਫੰਡ ਦੀ ਲੋੜ ਸੀਗੀ। ਸੋ ਮੈਂ ਅੱਜ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ 8 ਲੱਖ ਰੁਪਈਆ ਡਿਸਟ੍ਰਿਕਟ ਪੁਲਿਸ ਦੇ ਅਕਾਊਂਟ ਦੇ ਵਿੱਚ, ਜੋ ਵੀ ਇਹਨਾਂ ਦੀ ਰਿਕੁਆਇਰਮੈਂਟ ਹੋਊਗੀ ਉਹ ਇਹ ਜਾਣਦੇ ਨੇ, ਉਹਨੂੰ ਪੂਰੀ ਕਰਨਗੇ। ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਸਾਡਾ ਜ਼ਿਲ੍ਹਾ ਪਠਾਨਕੋਟ ਹੈ, ਇੱਕ ਪੱਖ ਪਾਕਿਸਤਾਨ ਦੀ ਸਰਹੱਦਾਂ 2 ਸਟੇਟਾਂ ਨਾਲ ਲੱਗਦੀਆਂ ਨੇ। ਸੋ ਹਰ ਵੇਲੇ ਚੁਣੌਤੀ ਦਾ ਜਿਹੜਾ ਉਹ ਮਤਲਬ ਸਾਹਮਣਾ ਕਰਦੇ ਆ। ਸੋ ਪੁਲਿਸ ਸਾਡੇ ਪਰਿਵਾਰ ਦਾ ਪਾਰਟ ਹੈ ਔਰ ਇਹਨਾਂ ਦੀ ਕੋਈ ਸਮੱਸਿਆ ਉਹ ਸਾਡੀ ਸਮੱਸਿਆ। ਸੋ ਲਗਾਤਾਰ ਅਸੀਂ ਇਹਦੇ ਉੱਤੇ ਇਨ ਫਿਊਚਰ ਵੀ ਮਤਲਬ ਕੇਵਲ ਇਹੀ ਨਹੀਂ ਹੈ, ਇਨ ਫਿਊਚਰ ਵੀ ਕਿਤੇ ਇਹਨਾਂ ਨੂੰ ਲੋੜ ਪਵੇ ਸੋ ਅਸੀਂ ਹਮੇਸ਼ਾ ਤਤਪਰ ਰਹਾਂਗੇ। ਸੋ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਦੀ ਜੀਵਨ ਮਾਲ ਦੀ ਸੁਰੱਖਿਆ ਕਰਨੀ, ਇੱਥੇ ਲਾਅ ਐਂਡ ਆਰਡਰ ਕਾਇਮ ਰੱਖਣਾ, ਇਹਦੀਆਂ ਸਰਹੱਦਾਂ ਦੀ ਨਿਗਰਾਨੀ ਲਈ ਜੋ ਵੀ ਇਹਨਾਂ ਦਾ ਟਰਨਲ ਰੂਟ ਮੈਪ ਹੈਗਾ ਆ ਉਹਨੂੰ ਜਿਹੜੀ ਕੋਈ ਚੁਣੌਤੀ ਹੋਊਗੀ ਉਹਦੀ ਜਿਹੜੀ ਵੀ ਕੋਈ ਰਿਕੁਆਇਰਮੈਂਟ ਹੋਊਗੀ ਅਸੀਂ ਉਹਦੇ ਮਤਲਬ ਖੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ, ਉਹਨੂੰ ਉਹਦਾ ਹੱਲ ਵੀ ਕਰਾਂਗੇ। ਸੋ ਅੱਜ ਮੇਰੇ ਨਾਲ ਸਾਡੇ ਡਿਪਟੀ ਕਮਿਸ਼ਨਰ ਸਰਦਾਰ ਹਰਵੀਰ ਸਿੰਘ ਜੀ ਔਰ SSP ਪਠਾਨਕੋਟ ਢਿੱਲੋਂ ਸਾਹਿਬ, ਸੋ ਤਮਾਮ ਇਹਨਾਂ ਦਾ ਜਿੰਨਾ ਵੀ ਹੈੱਡਕੁਆਰਟਰ ਦੇ ਅਫੀਸਰ ਸਾਹਿਬਾਨ ਨੇ, ਅੱਜ ਅਸੀਂ ਮੀਟਿੰਗ ਵੀ ਕੀਤੀ ਹੈ ਕੁਝ ਪਠਾਨਕੋਟ ਦੇ ਲੋਕਾਂ ਦੇ ਸਵਾਲਾਂ ਨੂੰ ਲੈ ਕੇ। ਸੋ ਇੱਕ ਚੈੱਕ ਵੀ ਦਿੱਤਾ ਔਰ ਭਵਿੱਖ ਦੇ ਅੰਦਰ ਵੀ ਇਸ ਸੰਦਰਭ 'ਚ ਅਗਰ ਕੋਈ ਲੋੜ ਹੋਵੇ ਤਾਂ ਅਸੀਂ ਪੂਰੀ ਕਰਾਂਗੇ।